साल 2018 च अमृतसर च दुशहरे वाले दिन वापरे दर्दनाक रेल हादसे नू अज 3 साल पूरे हो चुके ने, पर अजे भी इस हादसे विच मारे गए परिवार दे मैंबर इस दर्दनाक हादसे नू याद करके अखां भर आउंदे ने। तस्वीरां च देखा जा सकदा है कि जिस जोड़ा फाटक ते यह हादसा वापरिया सी उत्थे ही मृतकां दे परिवारक मैंबर खड़े हुए नजर आ रहे ने, ते ओह इस दर्दनाक हादसे नू दुशहरे दे दिनां च याद करके भावुक हुंदे हुए नजर आ रहे ने। इस मौके पत्रकारां नाल गलबात दौरान पीड़ितां ने कहा कि हालांकि लंबे संघर्ष करन तों बाद उन्हां नू सरकारी नौकरियां तां सरकार वल्लों दे दित्तियां गईआं, जिस नाल परिवार भी पल जाऊगा, पर हादसे दौरान मरे मृतक परिवारक मैंबरां दी कमी हमेशा उन्हां नू खलदी रहेगी। उन्हां भावुक हुंदियां इह भी कहा कि जदों रेल लाइन नू देखदे ने तां उन्हां दे दिल च हौल पैणे शुरू हो जांदे ने, ते वार वार रेल हादसा अखां अगे घूमणा शुरू हो जांदा। मेरा नाम अमन है। अमन जी, तुहाडे किहड़ी इत्थे डैथ होई सी रेल हादसा जिहड़ा 2018 च वापरिया? ਮੇਰੇ ਅਤੇ ਹਸਬੈਂਡ ਦੀ ਡੈਥ ਹੋਈ ਸੀ ਆਪਣਾ ਜੋੜੇ ਫਟਕ ਹਾਦਸੇ ਵਿੱਚ, ਅਤੇ ਚਲੋ 3 ਸਾਲ ਹੋ ਗਏ ਆ, ਵੈਸੇ ਵੀ ਅਸੀਂ ਬੜਾ ਜਫਰ ਚੱਲਿਆ ਵਾ 3 ਸਾਲਾਂ 'ਚ, ਭੰਡਾਰੀ ਪੁਲ ਦੇ ਧਰਨੇ ਵੀ ਲਗਾਏ ਆ, ਆਪਾਂ ਜੋੜੇ ਫਟਕ ਵੀ ਧਰਨੇ ਲਗਾਏ ਆ, ਫਿਰ ਵੀ ਸਾਡੇ ਜਾ ਕੇ 3 ਸਾਲਾਂ ਬਾਅਦ ਸਰਕਾਰ ਨੇ ਸਾਡੀ ਸੁਣੀ ਆ, ਅਤੇ ਪਰ ਮੈਂ ਤਾਂ ਇਹੀ ਕਹਿੰਦੀ ਸਰਕਾਰ ਦਾ ਮੈਂ ਧੰਨਵਾਦ ਹੀ ਕਰਦੀ ਹਾਂ, ਚਲੋ ਸਾਨੂੰ ਸਰਕਾਰ ਨੇ ਸਰਕਾਰੀ ਜੋਬ ਦੇ ਦਿੱਤੀ। ਅੱਜ ਵੀ ਜਿਹੜੇ ਦੁਸ਼ਹਿਰੇ ਦੇ ਦਿਨ ਆਉਂਦੇ ਨੇ ਅੱਖਾਂ ਨਮ ਹੋ ਜਾਂਦੀਆਂ? ਦੁਸ਼ਹਿਰੇ ਦੇ ਜੋ ਦਿਨ ਆਉਂਦੇ ਲੰਬੇ ਹੁੰਦੀਆਂ ਹੀ ਆ, ਪਤਾ ਸਾਨੂੰ ਹੀ ਲੱਗਦਾ ਸਾਡੇ 'ਤੇ ਕੀ ਬੀਤਦੀ ਆ, ਪਰ ਹੁਣ ਅਸੀਂ ਉਹ ਗੱਲਾਂ ਨੂੰ ਬਹੁਤ ਜ਼ਿਆਦਾ ਮੈਂ ਯਾਦ ਵੀ ਨਹੀਂ ਕਰਦੀ ਹੈਗੀ, ਕਿਉਂਕਿ ਜਦੋਂ ਵੀ ਟਰੈਕ ਵੇਖਦੀ ਹਾਂ ਨਾ ਤਾਂ ਮੇਰੇ ਮਨ ਨੂੰ ਹੋਲ ਪੈਂਦੇ ਆ, ਕਿਉਂਕਿ ਬੜਾ ਹੁੰਦਾ ਮਨ ਵਿੱਚ, ਆਪਾਂ ਉੱਤੋਂ ਤਾਂ ਹੱਸਦੇ ਹਾਂ ਪਰ ਸਾਡਾ ਅੰਦਰੋਂ ਸਾਨੂੰ ਪਤਾ ਹੀ ਕਿੰਨਾ ਰੋਂਦੇ ਹਾਂ। ਮੇਰੇ 2 ਬੱਚੇ ਆ, ਇੱਕ ਬੇਟੀ ਇੱਕ ਬੇਟਾ। ਸਰਕਾਰ ਦਾ ਤਾਂ ਚਲੋ ਮੈਂ ਤਾਂ ਕਹਿੰਦੀ ਕਿ ਚਲੋ ਸਰਕਾਰ ਨਾਲ ਅਸੀਂ ਇੰਨਾ ਕੁ ਕਰ, ਮਤਲਬ ਧੰਨਵਾਦ ਮੈਂ ਸਰਕਾਰ ਦਾ ਕਰਦੀ ਕਿ ਚਲੋ ਸਰਕਾਰ ਨੇ ਸਾਨੂੰ ਸਰਕਾਰੀ ਜੋਬ ਦਿੱਤੀ ਆ, ਸਾਡੇ ਬੱਚਿਆਂ ਦੀ ਰੋਟੀ ਲਾਈ ਆ, ਅਗਰ ਸਾਨੂੰ ਜੋਬ ਨਾ ਮਿਲਦੀ ਤਾਂ ਆਪਾਂ ਇੰਨਾ ਜਫਰ ਜਾਲਿਆ ਅਤੇ ਸਾਡੇ ਵਾਸਤੇ ਤਾਂ ਨਹੀਂ ਨਾ ਹੋਣਾ ਸੀ। ਚਲੋ ਮੈਂ ਤਾਂ ਕਹਿੰਦੀ ਹਾਂ ਕਿ ਚਲੋ ਸਾਰੇ ਪਰਿਵੀ ਜਣੇ ਵੀ ਮਤਲਬ ਪਰਿਵਾਰ ਸੀ ਸਾਰੇ ਆਪਣੇ ਆਪਣੇ ਕੰਮ ਹੀ ਲੱਗੇ ਆ, ਚਲੋ ਰੋਟੀ ਲੱਗ ਗਈ, ਚੀਜ਼ ਦੀ ਇੱਕ ਉਹਦੀ ਤਾਂ ਕਮੀ ਮਹਿਸੂਸ ਹੋਣੀ ਆ, ਜਿਹੜਾ ਚੱਲ ਜਾਵੇ ਉਹ ਥੋੜ੍ਹਾ ਨਾ ਵਾਪਸ ਆਉਣ, ਬਾਕੀ ਸਾਰੀ ਚੀਜ਼ਾਂ ਮਿਲ ਹੀ ਜਾਂਦੀਆਂ। ਹਾਂਜੀ, ਕੀ ਨਾਮ ਹੈ ਜੀ? ਦੀਪਕ ਕੁਮਾਰ। ਦੀਪਕ ਜੀ, ਕੀ ਕਹਿਣਾ ਚਾਹੁੰਦੇ, ਜਿਹੜਾ ਰੇਲ ਹਾਦਸਾ ਹੋਇਆ ਸੀ, ਅੱਜ 3 ਸਾਲ ਵਾਪਰ ਚੁੱਕੇ ਨੇ, ਬੀਤ ਚੁੱਕੇ ਨੇ, ਅਤੇ ਜਿਹੜਾ ਹਾਦਸਾ ਵਾਪਰਿਆ ਸੀ ਅੱਜ ਵੀ ਯਾਦ ਆਉਂਦੀ ਹੈ ਉਸ ਹਾਦਸੇ? ਹਾਂਜੀ, ਦੇਖੋ ਇਸ ਹਾਦਸੇ ਨੂੰ ਜ਼ਰੂਰ 3 ਸਾਲ ਹੋ ਗਏ ਨੇ, ਲੇਕਿਨ ਹੈਗਾ ਕਿ ਦੁਸ਼ਹਿਰਾ ਤਾਂ ਹਰ ਸਾਲ ਆਉਣਾ, ਅਤੇ ਜਦੋਂ ਹਰ ਸਾਲ ਦੁਸ਼ਹਿਰਾ ਆਉਂਦਾ ਤਾਂ ਸਾਡੇ ਦਿਮਾਗ 'ਚ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਉਸ ਟਾਈਮ ਹੋਈਆਂ ਸੀਗੀਆਂ ਅੱਜ ਤੋਂ 3 ਸਾਲ ਪਹਿਲੇ, ਉਹ ਸਾਰੀਆਂ ਚੀਜ਼ਾਂ ਸਾਡੇ ਜਿਹੜੇ ਦਿਮਾਗ 'ਚ ਨੇ ਬਹੁਤ ਜ਼ਿਆਦਾ ਘੁੰਮਦੀਆਂ ਨੇ। ਨੌਕਰੀ ਮਿਲ ਗਈ ਹੈ ਸਰਕਾਰ ਕੋਲ, ਸੰਤੁਸ਼ਟ ਸਰਕਾਰ ਦੀ ਮਿਲੇ ਤੋਂ? ਦੇਖੋ ਤੁਹਾਨੂੰ ਪਤਾ ਕਿ ਆਪਾਂ 3 ਸਾਲ ਬਹੁਤ ਜ਼ਿਆਦਾ ਸੰਘਰਸ਼ ਕੀਤਾ, ਠੀਕ ਹੈ, ਹਾਦਸੇ ਤੋਂ ਬਾਅਦ ਸਾਡਾ ਮੇਨ ਸਭ ਤੋਂ ਪਹਿਲੇ ਸੀਗਾ ਕਿ ਇੱਕ ਜਿਹੜਾ ਸਾਡਾ ਰੋਜ਼ਗਾਰ ਸੀਗਾ, ਜਿਹੜੇ ਸਾਡੇ ਘਰ ਦੇ ਮੇਨ ਕਮਾਉਣ ਵਾਲੇ ਜੀ ਚੱਲ ਗਏ ਸੀਗੇ, ਜਿਨ੍ਹਾਂ ਦੇ ਸਿਰ ਦੇ ਉੱਤੇ ਸਾਡਾ ਸਾਰਾ ਘਰ ਚੱਲਦਾ ਸੀਗਾ, ਉਸ ਤੋਂ ਬਾਅਦ ਮੇਨ ਸਾਨੂੰ ਪਹਿਲੇ ਰੋਜ਼ਗਾਰ ਦੀ ਇੱਕ ਪ੍ਰੋਬਲਮ ਸੀਗੀ, ਅਤੇ ਉਹ ਸਰਕਾਰ ਨੇ 3 ਸਾਲ ਸਾਨੂੰ ਲੜਾਈ ਜ਼ਰੂਰ ਲੜਨੀ ਪਈ, ਸੰਘਰਸ਼ ਜ਼ਰੂਰ ਕਰਨਾ ਪਿਆ, ਧਰਨੇ ਦੇਣੇ ਪਏ ਨੇ ਸਰਕਾਰ ਦੇ ਖਿਲਾਫ, ਅਤੇ ਜਿਸ ਤੋਂ ਬਾਅਦ ਕਿ ਇਸ ਸਾਲ 15 ਅਗਸਤ ਵਾਲੇ ਦਿਨ ਜਿਹੜੀ ਨੇ ਕਿ ਸਾਨੂੰ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ, ਮੇਰੇ ਫਾਦਰ ਸਾਹਿਬ ਸੀਗੇ ਅਤੇ ਚਾਚਾ ਜੀ ਸੀਗੇ। ਅੱਜ ਸਰਕਾਰ ਵੱਲੋਂ ਜਿਹੜੇ ਲੋਕ ਉਸ ਵੇਲੇ ਦੋਸ਼ੀ ਮੰਨੇ ਗਏ ਨੇ ਉਹਨਾਂ ਨੂੰ ਚਾਰਜ ਫਰੇਮ ਕੀਤਾ ਗਿਆ ਹੈ, ਸੰਤੁਸ਼ਟ ਕਾਰਵਾਈ? ਦੇਖੋ ਥੋੜ੍ਹੇ 2 ਕੁ ਦਿਨ ਪਹਿਲੇ ਜਿਹੜੇ ਦੋਸ਼ੀ ਨੇ ਮੇਨ, ਉਹਨਾਂ ਦੇ ਖਿਲਾਫ਼ ਕੋਰਟ ਦੇ ਵਿੱਚ ਜਿਹੜਾ ਚਾਰਜ ਫਰੇਮ ਕੀਤਾ ਗਿਆ, ਸੰਤੁਸ਼ਟੀ ਤਾਂ ਚਲੋ ਆਪਾਂ ਉਸ ਹਿਸਾਬ ਨਾਲ ਨਹੀਂ ਗਏ, ਲੇਕਿਨ ਫਿਰ ਵੀ ਸਾਨੂੰ ਕੋਰਟ 'ਤੇ ਬੜਾ ਸਾਨੂੰ ਉਹ ਹੈਗਾ, ਵਿਸ਼ਵਾਸ ਹੈਗਾ ਕਿ ਉਹ ਜ਼ਰੂਰ ਜਿਹੜੇ ਦੋਸ਼ੀ ਨੇ ਉਹਨਾਂ 'ਤੇ ਸਖ਼ਤ ਸਖ਼ਤ ਕਾਰਵਾਈ ਕਰਨਗੇ ਅਤੇ ਸਾਨੂੰ ਇਨਸਾਫ ਦੇਣ। ਦੱਸ ਦੀ ਕਿ 19 ਅਕਤੂਬਰ 2018 ਨੂੰ ਦੁਸ਼ਹਿਰੇ ਵਾਲੇ ਦਿਨ ਇਹ ਦਰਦਨਾਕ ਹਾਦਸਾ ਵਾਪਰਿਆ ਸੀ, ਜਿਸ ਵਿੱਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਸਿੱਧੂ ਜੋੜੇ ਦੇ ਕਰੀਬੀ ਮਿੱਠੂ ਮਦਾਨ ਸਣੇ ਦੁਸ਼ਹਿਰਾ ਕਮੇਟੀ ਦੇ 7 ਮੈਂਬਰਾਂ ਖਿਲਾਫ਼ ਅਦਾਲਤ 'ਚ ਚਲਾਨ ਵੀ ਪੇਸ਼ ਕੀਤਾ ਗਿਆ ਸੀ। ਪਿਛਲੇ ਦਿਨੀ ਇਸ ਮਾਮਲੇ ਦੀ ਸੁਣਵਾਈ ਵੀ ਹੋਈ ਸੀ, ਜਿਸ ਦੌਰਾਨ CJM ਦੀ ਅਦਾਲਤ ਨੇ ਮਿੱਠੂ ਮਦਾਨ ਸਣੇ 7 ਵਿਅਕਤੀਆਂ ਖਿਲਾਫ਼ ਦੋਸ਼ ਆਇਦ ਕੀਤੇ ਨੇ। ਇਸ ਮਾਮਲੇ ਦੀ ਜਾਂਚ ਰੇਲਵੇ ਪੁਲਿਸ ਵੱਲੋਂ ਕੀਤੀ ਗਈ ਸੀ, ਜਿਸ ਨੇ ਪ੍ਰਬੰਧਕਾਂ ਵੱਲੋਂ ਸਮਾਗਮ ਸੰਬੰਧੀ ਮਨਜ਼ੂਰੀ ਨਾ ਲੈਣ ਦੇ ਇਲਜ਼ਾਮ ਲਗਾਏ ਨੇ। ਜਾਣਕਾਰੀ ਮੁਤਾਬਿਕ ਅਦਾਲਤ ਵੱਲੋਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 2 ਦਸੰਬਰ ਨੂੰ ਤੈਅ ਕੀਤੀ ਗਈ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।